ओम शांति आज बाबा ਦੇ 11 3 2021 ਦੇ ਵਿਸ਼ੇਸ਼ ਵਿਸ਼ੇਸ਼ ਮਹਾਵਚਨ बाबा ਨੇ ਸਪੈਸ਼ਲੀ ਅੱਜ ਤ੍ਰਿਮੂਰਤੀ ਸ਼ਿਵ ਜਨਮਤੀ ਦੇ ਨਮਿਤ ਤ੍ਰਿਮੂਰਤੀ ਸ਼ਿਵ ਜਨਮਤੀ ਦਾ ਰਾਜ ਖੋਲਿਆ बाबा ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ ਮਿੱਠੇ ਬੱਚੇ ਤੁਸੀਂ ਸਰਵੋਤਮ ਸੋ پاک ਸ਼ਾਲੀ ਬ੍ਰਾਹਮਣ ਕੁਲ ਭੂਸ਼ਣ ਹੋ ਤੁਸੀਂ ਤੁਹਾਨੂੰ ਖੁਦ ਭਗਵਾਨ ਵਧਾਈਆਂ ਦਿੰਦੇ ਹਨ ਜਨਮ ਦਿਨ ਤੇ ਇੱਕ ਦੂਸਰੇ ਨੂੰ ਬਧਾਈ ਦਿੰਦੇ ਆ ਤਾਂ ਇਸੇ ਤਰ੍ਹਾਂ ਸ਼ੁਭ ਜੈੰਤੀ ਦੀਆਂ ਬਾਬਾ ਨੇ ਬੱਚਿਆਂ ਨੂੰ ਬਧਾਈ ਦਿੱਤੀ ਪ੍ਰਸ਼ਨ ਹੈ ਬਾਪ ਬੱਚਿਆਂ ਨੂੰ ਸੰਗਮ ਤੇ ਹੀ ਸ੍ਰਿਸ਼ਟੀ ਦਾ ਸਮਾਚਾਰ ਸੁਣਾਉਂਦੇ ਹਨ सतयुग नहीं क्यों उत्तर है क्योंकि सतयुगता है ही आदि का समा उस समय सारी सृष्टि का समाचार अर्थात सृष्टि के आदि मध्य अंत का ज्ञान कि सुनाईए जदों तक सर्कल रिपीट ही नहीं होया है उदों तक समाचार सुना किमें सकते ਸੰਗਮ ਤੇ ਹੀ ਤੁਹਾਨੂੰ ਬੱਚਿਆਂ ਨੂੰ ਬਾਪ ਦੁਆਰਾ ਪੂਰਾ ਸਮਾਚਾਰ ਮਿਲਦਾ ਹੈ ਮਾਣਾ ਬਾਪ ਬੱਚਿਆਂ ਨੂੰ ਸੰਗਮ ਤੇ ਪੂਰਾ ਸਮਾਚਾਰ ਸੁਣਾਉਂਦੇ ਹਨ ਤੁਸੀਂ ਹੀ ਗਿਆਨ ਤੁਹਾਨੂੰ ਹੀ ਗਿਆਨ ਨੇਤਰ ਗਿਆਨ ਦਾ ਤੀਸਰਾ ਨੇਤਰ ਮਿਲਦਾ ਹੈ ਓਮ ਸ਼ਾਂਤੀ ਅੱਜ ਹੈ ਤ੍ਰਿਮੂਰਤੀ ਸ਼ਿਵ ਜੈੰਤੀ ਸੋ ਬ੍ਰਹਮ ਬ੍ਰਾਹਮਣ ਜੈੰਤੀ ਸੋ ਸੰਗਮ ਯੁਗ ਜੈੰਤੀ ਦਾ ਸ਼ੁਭ ਦਿਵਸ ਸ਼ਿ巴巴 ਦੀ ਜੈੰਤੀ ਸ਼ਿ巴巴 ਆਏ ਤਾਂ ਸੀ ਬ੍ਰਾਹਮਣ ਪੈਦਾ ਹੋਏ ਸੰਗਮ ਯੁਗ ਆਇਆ ਤਾਂ बाबा ਕਹਿੰਦੇ ਅੱਜ ਹੈ ਤ੍ਰਿਮੂਰਤੀ ਸ਼ਿਵ ਜੈੰਤੀ ਸੋ ਬ੍ਰਾਹਮਣ ਜੈੰਤੀ ਸੋ ਸੰਗਮ ਯੁਗ ਜੈੰਤੀ ਦਾ ਸ਼ੁਭ ਦਿਨ ਬਹੁਤ ਹਨ ਜਿਨ੍ਹਾਂ ਨੂੰ बाबा ਈਸ਼ਵਰੀਏ ਜਨਮ ਸਿੱਧ ਅਧਿਕਾਰ ਦਿਆਂ ਗ੍ਰੀਟਿੰਗਸ ਵੀ ਨਹੀਂ ਦੇ ਸਕਦੀ ਬਹੁਤ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਬਾਬਾ ਕੌਣ ਹੈ ਉਸ ਤੋਂ ਕੀ ਮਿਲਦਾ ਹੈ ਉਹ ਗਰੀਟਿੰਗਸ ਨੂੰ ਕੀ ਸਮਝਣਗੇ ਜੋ ਬਾਬਾ ਗਰੀਟਿੰਗਸ ਦਿੰਦੇ ਆ ਬਧਾਈਆਂ ਦਿੰਦੇ ਆ ਬੱਚਿਆਂ ਨੂੰ ਬਾਬਾ ਕਹਿੰਦੇ ਉਹ ਕੀ ਸਮਝਣਗੇ ਨਵੇਂ ਬੱਚੇ ਬਿਲਕੁਲ ਵੀ ਸਮਝ ਨਾ ਸਕਣ ਇਹ ਹੈ ਗਿਆਨ ਦਾ ਡਾਂਸ ਕਹਿੰਦੇ ਹਨ ਨਾ ਸ੍ਰੀ ਕ੍ਰਿਸ਼ਨ ਡਾਂਸ ਕਰਦਾ ਸੀ ਇੱਥੇ ਬੱਚਿਆਂ ਰਾਧੇ ਕ੍ਰਿਸ਼ਨ ਬੰਡ ਡਾਂਸ ਕਰਦੀਆਂ ਹਨ ਪਰੰਤੋ ਡਾਂਸ ਦਿਤਾ ਕੋਈ ਗੱਲ ਹੀ ਨਹੀਂ ਉਹ ਤਾਂ ਬਾਬਾ ਕਹਿੰਦੇ ਉਹ ਤਾਂ ਉਥੇ ਸਤਿਯੁਗ ਵਿੱਚ ਬਚਪਨ ਵਿੱਚ ਪ੍ਰਿੰਸ ਪ੍ਰਿੰਸੈਸ ਦੇ ਨਾਲ ਡਾਂਸ ਕਰਾਂਗੇ ਬੱਚੇ ਜਾਣਦੇ ਹਨ ਇਹ ਬਾਪ ਦਾਦਾ ਹੈ ਦਾਦਾ ਨੂੰ ਗ੍ਰੈਂਡਫਾਦਰ ਕਿਹਾ ਜਾਂਦਾ ਹੈ ਇਹ ਦਾਦਾ ਤਾਂ ਹੋਇਆ ਜਿਸਮਾਨੀ ਫਾਦਰ ਇਥੇ ਤਾਂ ਵੰਡਰਫੁਲ ਗੱਲ ਹੈ ਨਾ ਉਹ ਦਾਦਾ ਹੈ ਰੋਹਾਨੀ ਇਹ ਹੈ ਜਿਸਮਾਨੀ ਇਸ ਨੂੰ ਕਹਿੰਦੇ ਹਨ ਬਾਪ ਦਾਦਾ ਬਾਪ ਦੇ ਨਾਲ ਬਾਬਾ ਬਾਪ ਤੋਂ ਦਾਦਾ ਦੁਆਰਾ ਵਿਰਸਾ ਮਿਲਦਾ ਹੈ ਵਿਰਸਾ ਹੈ ਦਾਦੇ ਦਾ ਮਾਣਾ ਗ੍ਰੈਂਡਫਾਦਰ ਦਾ ਵਿਰਸਾ ਹੈ ਸਭ ਆਤਮਾਾਂ ਮ ਆਪਸ ਵਿੱਚ ਪਾਈ ਪਾਈ ਹਨ ਤਾਂ ਵਿਰਸਾ ਤਾਂ ਬਾਪ ਤੋਂ ਮਿਲਦਾ ਹੈ ਬਾਪ ਕਹਿੰਦੇ ਹਨ ਤੁਹਾਨੂੰ ਆਤਮਾ ਨੂੰ ਆਪਣਾ ਸਰੀਰ ਆਪਣੀਆਂ ਕਰਮਿੰਦਰੀਆਂ ਹਨ ਮੈਨੂੰ ਨਿਰਾਕਾਰ ਕਹਿੰਦੇ ਹਨ ਤਾਂ ਜ਼ਰੂਰ ਸਰੀਰ ਚਾਹੀਦਾ ਹੈ ਤਾਂ ਹੀ ਤਾਂ ਬੱਚਿਆਂ ਨੂੰ ਰਾਜਯੋਗ ਸਿਖਾਉਂਗਾ अथवा ਮਨੁੱਖ ਤੋਂ ਦੇਵਤਾ ਪਤਿਤ ਤੋਂ ਪਾਵਨ ਬਨਣ ਦਾ ਮਾਰਗ ਦੱਸਾਂਗਾ ਜਾਂ ਮੂਤ ਪਲਿੱਤੀ ਕੱਪੜ ਧੋਵਾਂਗਾ ਜ਼ਰੂਰ ਬੜਾ ਤੋਂ ਵੀ ਹੋਵੇਗਾ ਨਾ ਸਾਰੇ ਵਿਸ਼ਵ ਦੀਆਂ ਆਤਮਾਵਾਂ ਅਤੇ શરીર ਧੋਂਦਾ ਹੈ। ਬਾਬਾ ਕਹਰੇ ਗਿਆਨ ਅਤੇ ਯੋਗ ਨਾਲ ਤਵਾ ਦੀ ਆਤਮਾਵਾਂ ਨੂੰ ਧੋਇਆ ਜਾਂਦਾ ਹੈ। ਜਿਵੇਂ ਕੋਈ ਕੱਪੜੇ ਨੂੰ ਅਸੀਂ ਸਾਬਣ ਲਗਾ ਕੇ ਧੋਂਦੇ ਹਾਂ ਤਾਂ ਬਾਬਾ ਕਹਰੇ ਕਿ ਤੁਹਾਡੇ ਆਤਮਾ ਤੇ ਜੋ ਵਿਕਾਰਾਂ ਦੀ ਖਾਦ ਆ ਚੁੱਕੀ ਹੈ ਉਸ ਨੂੰ ਵੀ ਮੈਲ ਚੜ ਚੁੱਕੀ ਹੈ ਉਸ ਨੂੰ ਗਿਆਨ ਅਤੇ ਯੋਗ ਨਾਲ ਧੋਂਦਾ ਹ ਅੱਜ ਤੁਸੀਂ ਬੱਚੇ ਆਏ ਹੋ ਜਾਣਦੇ ਹੋ ਅਸ਼ਿਸ਼ بابا ਨੂੰ ਵਧਾਈਆਂ ਦੇਣ ਲਈ ਆਏ ਹਾਂ ਬਾਪ ਫਿਰ ਕਹਿੰਦੇ ਹਨ ਕਿ ਤੁਸੀਂ ਜਿਸ ਨੂੰ ਗਰੀਟਿੰਗਸ ਦਿੰਦੇ ਹੋ ਉਹ ਬਾਪ ਵੀ ਤੁਹਾਨੂੰ ਬੱਚਿਆਂ ਨੂੰ ਗਰੀਟਿੰਗਸ ਦਿੰਦੇ ਹਨ ਕਿਉਂਕਿ ਤੁਸੀਂ ਬਹੁਤ ਸਰਵੋਤਮ ਸਭਾਗਸ਼ਾਲੀ ਬ੍ਰਾਹਮਣ ਕੁਲ ਪੂਸ਼ਣ ਹੋ ਦੇਵਤੇ ਇਹਨੇ ਉੱਤਮ ਨਹੀਂ ਜਿੰਨੇ ਤੁਸੀਂ ਹੋ ਬ੍ਰਾਹਮਣ ਦੇਵਤਿਆ ਤਾਂ ਉੱਚੇ ਹਨ ਉੱਚੇ ਤੇ ਉੱਚਾ ਹੈ ਬਾਪ ਫੇਰ ਉਹ ਆਉਂਦੇ ਹਨ ਬ੍ਰਹਮਾ ਤਨ ਵਿੱਚ ਉਹਨਾਂ ਦੇ ਤੁਸੀਂ ਬੱਚੇ ਬਹੁਤ ਉੱਚੇ ਤੇ ਉੱਚੇ ਬ੍ਰਾਹਮਣ ਬਣਦੇ ਹੋ ਬ੍ਰਾਹਮਣ ਹਨ ਚੋਟੀ ਉਸ ਦੇ نیچے ਹਨ ਦੇਵਤੇ ਸਭ ਤੋਂ ਉੱਪਰ ਹੈ ਸ਼ਿਵ ਬਾਬਾ ਬਾਬਾ ਨੇ ਤੁਹਾਨੂੰ ਬੱਚਿਆਂ ਨੂੰ ਬ੍ਰਾਹਮਣ ਬ੍ਰਾਹਮਣੀਆਂ ਬਣਾਇਆ ਹੈ ਸਵਰਗ ਦਾ ਵਰਸਾ ਦੇਣ ਦੇ ਲਈ ਇਹਨਾਂ ਲక్ష్ਮੀ ਨਾਰਨ ਨੂੰ ਦੇਖੋ ਕਿੰਨੇ ਮੰਦਿਰ ਬਣਾਏ ਹਨ ਮੱਥਾ ਟੇਕਦੇ ਹਨ ਭਾਰਤ ਵਾਸੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਵੀ ਮਨੁੱਖ ਹਨ ਲక్ష్ਮੀ ਨਾਰਨ ਦੋਵੇਂ ਅਲੱਗ-ਅਲੱਗ ਹਨ ਇੱਥੇ ਤਾਂ ਇੱਕ ਮਨੁੱਖ ਦੇ ਦੋਨੋਂ ਨਾਮ ਰੱਖੇ ਜਾਂਦੇ ਤੇ ਮੈਂ ਲక్ష్ਮੀ ਨਾਰਣ ਰਾਧੇ ਕ੍ਰਿਸ਼ਨ ਸ਼ਿਵ ਸ਼ੰਕਰ ਇਕੱਠੇ ਇਕੱਠੇ ਨਾਮ ਰੱਖ ਦਿੰਦੇ ਹਨ ਤਾਂ 바ਵਾ ਕਹਰੇ ਕਿ ਦੋ ਦੋ ਨਾਮ ਇੱਕ ਇੱਕ ਮਨੁੱਖ ਦੇਤੇ ਤਾਂ ਕਲਯੁਗ ਦੇ ਸਮੇਂ ਤੇ ਇਕੱਠੇ ਰੱਖੇ ਜਾਂਦੇ ਇੱਕ ਦਾ ਨਾਮ ਲక్ష్ਮੀ ਨਾਰਣ ਅਰਥਾਤ ਆਪਣੇ ਨੂੰ ਵਿਸ਼ਨੂ ਚਤੁਰਪੂਜ ਕਹਿੰਦੇ ਹਨ ਲక్ష్ਮੀ ਨਾਰਣ अथवा ਰਾਧੇ ਕ੍ਰਿਸ਼ਨ ਨਾਮ ਰਖਾਈ ਹੰ ਤਾਂ ਚਤੁਰਪੂਜ ਹੋ ਗਏ ਨਾ ਉਹ ਵਿਸ਼ਨੂ ਹੈ का सूक्ष्म वतन का एम ऑब्जेक्ट है मना लक्ष्य है तुसी इस विष्णुपुरी दे मालिक बनोगे ये लक्ष्मी नारायण विष्णुपुरी दे मालिक हैं विष्णु दिया हन चार पूजावा चार बाह दो लक्ष्मी दियां दो नारायण दियां तुसी कहोगे असी विष्णुपुरी दे मालिक बन रहे हैं अच्छा बाप दी महिमा दे गीत सुनाओ ਸਾਰੀ ਦੁਨੀਆ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਦੀ ਵੀ ਮਹਿਮਾ ਨਹੀਂ ਸਿਵਾਏ ਇੱਕ ਬਾਪ ਦੀ ਨੰਬਰ 1 ਤਾਂ ਹੈ ਹੀ ਹਨ ਸਭ ਤੋਂ ਜ਼ਿਆਦਾ ਸਰਵੋਤਮ ਮਹਿਮਾ ਹੈ ਉੱਚੇ ਤੇ ਉੱਚੇ ਪਰਮ ਪਿਤਾ ਪਰਮਾਤਮਾ ਦੀ ਜਿਸ ਦੇ ਤੁਸੀਂ ਸਾਰੇ ਬੱਚੇ ਹੋ ਕਹਿੰਦੇ ਹੋ ਅਸੀਂ ਈਸ਼ਵਰੀਏ ਸੰਤਾਨ ਹਾਂ ਈਸ਼ਵਰ ਤਾਂ ਸਵਰਗ ਦਾ ਰਚయిత ਹੈ ਫਿਰ ਤੁਸੀਂ ਨਰਕ ਵਿੱਚ ਕਿਉਂ ਪਏ ਹੋ ਈਸ਼ਵਰ ਦਾ ਇਥੇ ਜਨਮ ਹੈ ਬਾਬਾ ਕਹਰੇ ਬਾਪ ਆਉਂਦੇ ਹਨ ਇਥੇ ਬੱਚਿਆਂ ਨੂੰ ਆਪਣਾ ਬੜਾ ਕੇ ਫਿਰ ਰਾਜ ਭਾਗ ਦੇਣ ਦੇ ਲਈ ਅੱਜ ਬਾਬਾ ਚੰਗੀ ਰੀਤੀ ਸਮਝਾਉਂਦੇ ਹਨ ਕਿਉਂਕਿ ਨਵੇਂ ਵੀ ਬਹੁਤ ਹਨ ਇਹਨਾਂ ਦੇ ਲਈ ਸਮਝਣਾ ਮੁਸ਼ਕਲ ਹੈ ਹਾਂ ਫਿਰ ਵੀ ਸਵਰਗ ਵਾਸੀ ਬਣਦੇ ਹਨ ਸਵਰਗ ਵਿੱਚ ਸੂर्यवंशी ਰਾਜਾ ਰਾਣੀ ਵੀ ਸੀ দাস-ਦਾਸੀਆਂ ਵੀ ਸੀ ਪ੍ਰਜਾ ਵੀ ਸੀ ਉਹਨਾਂ ਵਿੱਚੋਂ ਕੋਈ ਗਰੀਬ ਕੋਈ ਸਹਾukar ਹੁੰਦੇ ਹਨ ਉਹਨਾਂ ਦੇ ਵੀ দাস-ਦਾਸੀਆਂ ਹੁੰਦੇ ਹਨ ਸਾਰੇ ਰਾਸਾਨੇ ਇੱਥੇ ਹੀ ਸਥਾਪਨ ਹੋ ਰਹੀ ਹੈ ਇਹ ਇਹ ਗੱਲਾਂ ਹੋਰ ਕਿਸੇ ਨੂੰ ਵੀ ਪਤਾ ਨਹੀਂ ਹਨ ਭਾਰਤ ਵਿੱਚ ਭਾਰਤ ਹੈ ਸਭ ਤੋਂ ਬੇਹਦ ਦਾ ਸੁਖ ਸੀ ਭਾਰਤ ਵਿੱਚ लक्ष्मी नारायण ਦਾ ਰਾਜ ਸੀ ਇਹ लक्ष्मी नारायण ਛੋਟੇપણ ਵਿੱਚ ਰਾਧੇਕ੍ਰਿਸ਼ਨ ਹਨ ਫਿਰ ਸਵੈਂਬਰ ਤੋਂ ਬਾਅਦ लक्ष्मी नारायण ਨਾਮ ਪੈਂਦਾ ਹੈ ਇਸ ਭਾਰਤ ਵਿੱਚ 5000 ਸਾਲ ਪਹਿਲਾਂ ਦੇਵਤਿਆਂ ਦਾ ਰਾਜ ਸੀ ਸਿਵਾਏ लक्ष्मी नारायण ਦੇ ਕੋਈ ਦਾ ਵੀ ਰਾਜ ਨਹੀਂ ਸੀ ਕੋਈ ਖੰਡ ਨਹੀਂ ਸੀ ਤਾਂ ਹੁਣ ਭਾਰਤ ਵਾਸੀਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਲక్ష్ਮੀ ਨਾਰਾਇਣ ਨੇ ਪਹਿਲਾਂ ਦੇ ਜਨਮ ਵਿੱਚ ਕਿਹੜੇ ਇਸ ਤਰ੍ਹਾਂ ਦੇ ਕਰਮ ਕੀਤੇ ਹਨ ਜੋ ਇੰਨੀ ਉੱਚੀ ਪਦਵੀ ਪ੍ਰਾਪਤ ਹੋਈ ਜਿਵੇਂ ਕਹਿੰਦੇ ਨਾ ਵੀਰਲਾ ਨੇ ਕਿਹੜੇ ਕਰਮ ਕੀਤੇ ਜੋ ਇੰਨਾ ਤਨਵਾਨ ਬਣਿਆ ਜ਼ਰੂਰ ਕਹਾਂਗੇ ਪਹਿਲੇ ਜਨਮ ਵਿੱਚ ਦਾਨ ਪੁੰਨ ਕੀਤਾ ਹੋਵੇਗਾ ਕੋਈ ਦੇ ਕੋਲ ਬਹੁਤ ਤਨ ਹੈ ਕੋਈ ਨੂੰ ਖਾਣ ਦੇ ਲਈ ਵੀ ਨਹੀਂ ਮਿਲਦਾ ਕਿਉਂਕਿ ਕਰਮ ਇਸ ਤਰ੍ਹਾਂ ਦੇ ਕੀਤੇ ਹਨ ਕਰਮਨਤਾ ਮੰਨਦੇ ਹੋਣਾ ਕਰਮ ਅਕਰਮ ਵਿਕਰਮ ਦੀ ਗਤੀ ਗੀਤਾ ਦੇ ਭਗਵਾਨ ਨੇ ਸੁਣਾਈ ਹੈ ਜਿਸ ਦੀ ਮਹਿਮਾ ਸੁਣੀ ਸ਼ਿਵ ਭਗਵਾਨ ਇੱਕ ਹੀ ਹੈ ਬੱਚੇ ਬਾਪ ਨੂੰ ਬਦਾਈਆਂ ਦਿੰਦੇ ਹਨ ਬਾਪ ਕਹਿੰਦੇ ਹਨ ਤਤ ਤਮ ਮਾਣਾ ਬੱਚਿਆਂ ਨੂੰ ਵੀ ਬਾਪਾ ਬਦਾਈ ਦਿੰਦੇ ਤੁਸੀਂ ਵੀ 100% ਦੁਰਭਾਗਸ਼ਾਲੀ ਤੋਂ 100% ਸੁਭਾਗਸ਼ਾਲੀ ਬਣਦੇ ਹੋ ਤੁਸੀਂ ਭਾਰਤ ਵਾਸੀ ਹੋ ਸੀ। ਬਾਬਾ ਕਹਿੰਦੇ ਸੋਭਾਗਸ਼ਾਲੀ ਸੀ। ਪ੍ਰੰਤੋ ਤੁਹਾਨੂੰ ਪਤਾ ਨਹੀਂ ਹੈ। ਬਾਬਾ ਆ ਕੇ ਦੱਸਦੇ ਹਨ, ਤੁਸੀਂ ਆਪਣੇ ਜਨਮਾ ਨੂੰ ਨਹੀਂ ਜਾਣਦੇ ਹੋ, ਮੈਂ ਆ ਕੇ ਦੱਸਦਾ ਹਾਂ। ਤੁਸੀਂ 84 ਜਨਮ ਲਏ। ਬਾਬਾ ਤੁਹਾਨੂੰ ਸੰਗਮਯੁਕਤੇ ਸਾਰੇ ਸ੍ਰਿਸ਼ਟੀ ਦਾ ਸਮਾਚਾਰ ਸੁਣਾਉਂਦੇ ਹਨ। ਸਤਿਯੁਗ ਵਿੱਚ ਥੋੜੀ ਸੁਣਾਉਣਗੀ। ਜਿਸ ਸਮੇਂ ਸ੍ਰਿਸ਼ਟੀ ਦੀ ਆਦਿ ਮੱਧ ਅੰਤ ਹੋਈ ਨਹੀਂ ਤਾ ਉਸ ਦਾ ਸਮਾਚਾਰ ਕਿਵੇਂ ਸੁਣਾਈਏ ਮੈਂ ਆਉਂਦਾ ਹਾਂ ਅੰਤ ਵਿੱਚ ਕਲਪ ਦੇ ਸੰਗਮ ਯੁਗ ਤੇ ਸ਼ਾਸਤਰਾਂ ਵਿੱਚ ਲਿਖਿਆ ਯੁਗੇ ਯੁਗੇ ਕ੍ਰਿਸ਼ਨ ਭਗਵਾਨੋ ਵਾਚ ਗੀਤਾ ਵਿੱਚ ਲਿਖ ਦਿੱਤਾ ਹੈ ਸਭ ਧਰਮ ਵਾਲੇ ਕ੍ਰਿਸ਼ਨ ਨੂੰ ਭਗਵਾਨ ਥੋੜੀ ਮੰਨਣਗੇ ਭਗਵਾਨ ਤਾਂ ਇੱਕੋ ਹੀ ਹੈ ਉਹ ਸਾਰੀਆਂ ਆਤਮਾਵਾਂ ਦਾ ਬਾਪ बाप तो वर्षा जरूर मिलता है तुसी आत्मा सारत्मा पाई पाई हो फिर बाबा ने कहा कि बाप दा वर्षा तो जरूर चाहता है हद दे वसे तो तुसी राजी नहीं होंगे इसलिए पुकार दे हो तुम्हारी कृपा से सुख घनेरे मिले हूँ रावण फिर दुख रावण द्वारा दुख मिलन पुकार दे हो ਸਾਰੀਆਂ ਆਤਮਾਾਂ ਮਾ ਪੁਕਾਰਦੀਆਂ ਹਨ ਕਿਉਂਕਿ ਇਸ ਨੂੰ ਦੁੱਖ ਹੈ ਇਸ ਲਈ ਯਾਦ ਕਰਦੀ ਹੈ ਬਾਬਾ ਆਓ ਆਕੇ ਸੁਖ ਦੋ ਤਾਂ ਹੁਣ ਤੁਸੀਂ ਗਿਆਨ ਨਾਲ ਸਵਰਗ ਦੇ ਮਾਲਿਕ ਬਣਦੇ ਹੋ ਤੁਹਾਡੀ ਸਦਗਤੀ ਹੁੰਦੀ ਹੈ ਇਸ ਲਈ ਗਾਇਆ ਜਾਂਦਾ ਹੈ ਸਰਬਦਾ ਸਦਗਤੀ ਦਾਤਾ ਇੱਕ ਹੀ ਹੈ ਅੱਛਾ ਫਿਰ ਬਾਬਾ ਨੇ ਯਾਦ ਪਿਆਰ ਦਿੱਤਾ ਬੱਚਿਆਂ ਨੂੰ মিঠে মিঠে সিকি লধে বাচ্চা প্রতি মাত পিতা বাপ দাদায়াত प्यार আতে গুড মর্নিং রোহানি বাপ দি রোহানি বাচ্চা নো নমস্তে তারণা লে মুখ সার হে پہলা দেবত্যা তোবি 우চ্চা اسی সর্বোত্তম ব্রাহ্মণ হ এস রোহানি नशे विच रहना हे জ্ঞান আতে যোগ नाल आत्मा नो स्वच्छ बनाणा हे दुसरा ਸਾਰਿਆਂ ਨੂੰ ਸ਼ਿਵ ਬਾਬਾ ਦੇ અવਤਾਰਨ ਦੀਆਂ ਬਧਾਈਆਂ ਦੇਣੀਆਂ ਹਨ ਬਾਪ ਦੀ ਪਛਾਣ ਦੇ ਕੇ ਪਤਿਤ ਤੋਂ ਪਾਵਨ ਬਣਾਉਣਾ ਹੈ 라ਵਣ ਦੁਸ਼ਮਣ ਤੋਂ ਮੁਕਤ ਕਰਨਾ ਹੈ ਵਰਦਾਨ ਹੈ ਹਰ ਸੰਕਲਪ ਬਾਪ ਦੇ ਅੱਗੇ ਅਰਪਣ ਕਰ ਕਮਜ਼ੋਰੀਆਂ ਨੂੰ ਦੂਰ ਕਰਨ ਵਾਲੇ ਸਦਾ ਸਵਤੰਤਰ ਪਵ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਸਹਿਜ ਸਾਧਨ ਹੈ ਜੋ ਵੀ ਕੁਝ ਸੰਕਲਪ ਵਿੱਚ ਆਉਂਦਾ ਹੈ ਉਹ ਬਾਪ ਨੂੰ ਅਰਪਣ ਕਰ ਦੇਵੋ ਸਭ ਜ਼ਿੰਮੇਵਾਰੀ ਬਾਪ ਨੂੰ ਦੇ ਦੇਵੋ ਤਾਂ ਸਾਇਮ ਸੁਤੰਤਰ ਹੋ ਜਾਵੋਗੇ ਸਿਰਫ ਇੱਕ ਦ੍ਰਿੜ ਸੰਕਲਪ ਰੱਖੋ ਕਿ ਮੈਂ ਬਾਪ ਦਾ اور ਬਾਪ ਮੇਰਾ ਜਦੋਂ ਇਸ ਅਧਿਕਾਰੀ ਸਰੂਪ ਵਿੱਚ ਸਥਿਤ ਹੋਵੋਗੇ ਤਾਂ ਅਧੀਨਤਾ ਆਟੋਮੈਟਿਕਲੀ ਨਿਕਲ ਜਾਵੇਗੀ ਹਰ ਸੈਕਿੰਡ ਇਹ ਚੈੱਕ ਕਰੋ ਕਿ ਮੈਂ ਬਾਪ ਸਮਾਨ ਸਰਵ ਸ਼ਕਤੀਆਂ ਦਾ ਅਧਿਕਾਰੀ ਮਾਸਟਰ ਸਰਵ ਸ਼ਕਤੀਵਾਨ ਹਾਂ ਸਲੋਗਨ ਹੈ ਸ਼੍ਰੀਮਤ ਦੇ ਇਸ਼ਾਰੇ ਪਰਮਾਨ ਸੈਕਿੰਡ ਵਿੱਚ ਨਿਆਰੇ ਅਤੇ ਪਿਆਰੇ ਬਣ ਜਾਣਾ ਹੀ ਤਪਸਵੀ ਆਤਮਾ ਦੀ ਨਿਸ਼ਾਨੀ ਹੈ ਅੱਛਾ ਓਮ ਸ਼ਾਂਤੀ